ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਜਿਵੇਂ ਕਬੱਡੀ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਅੱਜ ਅਸੀਂ ਲੈ ਕੇ ਆਏ ਤਲਵੰਡੀ ਚੌਧਰੀ ਦੇ ਕਬੱਡੀ ਕੱਪ ਦਾ ਰਿਜ਼ਲਟ, ਜਾਣੀ ਕਿ 3-3 2021 ਨੂੰ ਕਬੱਡੀ ਕੱਪ ਖੇਲਿਆ ਗਿਆ, ਜਿੱਥੇ ਕਬੱਡੀ ਆਲ ਓਪਨ ਦੇ 8-8 ਸੱਦੀਆਂ ਹੋਈਆਂ ਟੀਮਾਂ ਦੇ ਮੈਚ ਹੋਏ ਅਤੇ ਫਾਈਨਲ ਮੈਚ ਤਲਵੰਡੀ ਚੌਧਰੀ ਅਤੇ ਸਰਾਹਲਾ ਰਨੂਆਂ ਦੇ ਵਿੱਚ ਹੋਇਆ ਅਤੇ ਫਸਟ ਟੀਮ ਰਹੀ ਤਲਵੰਡੀ ਚੌਧਰੀ ਆ, ਜਿਹਦੇ 39 ਪੁਆਇੰਟ ਸਨ ਅਤੇ 1,25,000 ਰੁਪਇਆ ਉਸਨੂੰ ਪ੍ਰਾਈਜ਼ ਦਿੱਤਾ ਗਿਆ, ਅਤੇ ਸੈਕਿੰਡ ਟੀਮ ਰਹੀ ਸਰਾਹਲਾ ਰਨੂਆ, ਜਿਸਦੇ 29 ਪੁਆਇੰਟ ਸਨ ਅਤੇ 1,00,000 ਰੁਪਏ ਉਹਨਾਂ ਨੂੰ ਪ੍ਰਾਈਜ਼ ਦਿੱਤਾ ਗਿਆ। ਬੈਸਟ ਟ੍ਰੇਡਰ ਅਤੇ ਬੈਸਟ ਯਾਫੀ ਦੀ ਗੱਲ ਕਰੀਏ ਤਾਂ ਬੈਸਟ ਟ੍ਰੇਡਰ ਰਿਹਾ ਜੀ ਸੁਲਤਾਨ ਸਮਸਪੁਰ, ਜੋ ਲਗਾਤਾਰ ਤੀਜੇ ਦਿਨ ਬੈਸਟ ਰਿਹਾ, ਅਤੇ ਬੈਸਟ ਯਾਫੀ ਰਿਹਾ ਅਮਨ ਸੁਨਿਆਰਾ ਤਲਵੰਡੀ ਚੌਧਰੀਆਂ ਵਾਲਾ, ਅਤੇ ਬੈਸਟ ਟ੍ਰੇਡਰ ਅਤੇ ਬੈਸਟ ਯਾਫੀ ਨੂੰ ਜੀ 51,000 ਰੁਪਇਆ ਪ੍ਰਾਈਜ਼ ਸੀਗਾ ਅਤੇ 51,000 ਕੈਸ਼ ਦਿੱਤਾ ਗਿਆ ਉਹਨਾਂ ਨੂੰ। ਅਤੇ ਹੁਣ ਗੱਲ ਕਰ ਰਹੇ ਤਲਵੰਡੀ ਚੌਧਰੀ ਦੀ ਟੀਮ ਦੇ ਵਿੱਚ ਖੇਡਦੇ ਪਲੇਅਰਾਂ ਦੀ, ਤਲਵੰਡੀ ਚੌਧਰੀ ਦੇ ਵਿੱਚ ਪਲੇਅਰ ਖੇਡਦੇ ਤਾਰੀਖ ਹੀਰਾਵਾਲ, ਇੰਦਰਜੀਤ ਕਾਲਸੀ, ਮਲੂਕ ਅਲੀ, ਅਮਨ ਸੁਨਿਆਰ ਤਲਵੰਡੀ ਚੌਧਰੀ, ਜੀਤਾ ਤਲਵੰਡੀ ਚੌਧਰੀ, ਸੱਭਾ ਗਲਾਨੌਰ, ਪਿੰਦੂ ਸੀਚੇਵਾਲ, ਸੁਲਤਾਨ ਸਮਸਪੁਰ, ਕਾਲਾ ਧੂਰਕੋਟ, ਗੱਗੀ ਖੀਰਾਂਵਾਲੀ, ਰਿੰਕੂ ਖਰੇਟੀ, ਦੁੱਲਾ ਖੀਰਾਵਾਲ, ਜੱਸਾ ਪੜੀ ਵੜੈਂਚ, ਅਤੇ ਸਰਹਾਲਾ ਰਨੂ ਦੀ ਟੀਮ ਵਿੱਚ ਪਲੇਅਰ ਖੇਡਦੀ ਸੀ ਬੱਬੂ ਝੁਨੇੜੀ, ਗੱਗੀ ਮੱਲਾ, ਹੁਸ਼ਿਆਰਾ ਬਾਬਰ, ਬਿੱਲੀ ਲਲੀਆਂ, ਕਾਜੂ ਰਣੀਕੇ, ਅਰਸ਼ ਬੁਸਰਾਲਪੁਰ, ਲੱਡੂ ਦਲਗਾਲ, ਪ੍ਰਦੀਪ ਦਵਾਨ, ਗੁਰੀ ਧਲੇਰ, ਸੀਰਾ ਚੱਕਲੀ ਸ਼ੇਰ, ਅਤੇ ਉਸ ਤੋਂ ਬਾਅਦ ਪਾਲ ਮਾਲਾ, ਅਤੇ ਕਮੈਂਟਰੀ ਦੇ ਵਿੱਚ ਅਮਰੀਕ ਖੋਸ਼ਾ ਕੋਟਲਾ ਨੇ ਰੰਗ ਬੰਨੇ।